ਸ਼ਹੀਦੀ ਦੇ ਕਾਰਨ ਕੀ ਬਣੇ ਨੇ, ਥੋੜਾ ਜਿਹਾ ਧਿਆਨ ਦਿਓ। ਆਪਾਂ ਨੂੰ ਇਹ ਤੇ ਸੁਣਾਇਆ ਜਾਂਦਾ ਵੀ ਚੰਦੂ ਦੀ ਕੁੜੀ ਦਾ ਰਿਸ਼ਤਾ ਮੋੜ ਦਿੱਤਾ, ਫਿਰ ਸ਼ਹਾਦਤ ਹੋਈ। ਉਹ ਇੱਕ ਕਾਰਨ ਹੈ, 100% ਉਹੀ ਨਹੀਂ ਹੈ, ਉੱਥੇ ਬੜੇ ਕਾਰਨ ਨੇ। ਸ਼ਹਾਦਤ ਦਾ ਜਿਹੜਾ ਵੱਡਾ ਕਾਰਨ ਹੈ, ਉਹ ਆਪ ਹੀ ਜਹਾਂਗੀਰ ਨੇ ਆਪਣੀ ਲਿਖਤ ਵਿੱਚ, ਉਸਕੇ ਜਹਾਂਗੀਰੀ ਉਹਦੀ ਪੁਸਤਕ ਦਾ, ਉਹਦੀ ਲਿਖਤ ਦਾ, ਕਿਤਾਬਚੇ ਦਾ ਨਾਮ ਹੈ। ਉਹ ਤੁਜਕੇ ਜਹਾਂਗੀਰੀ ਦੇ ਵਿੱਚ ਲਿਖਦਾ ਹੈ ਗੁਰੂ ਨਾਨਕ ਸਾਹਿਬ ਦੇ ਘਰ ਬਾਬਤ, ਕਹਿੰਦਾ 4-5 ਪੁਸ਼ਤਾਂ ਤੋਂ ਇੱਕ ਝੂਠ ਦੀ ਦੁਕਾਨ ਚੱਲ ਰਹੀ ਸੀ। ਉਹ ਲਿਖਦਾ ਹੈ ਆਪ, ਅਸੀਂ ਕਈ ਵਾਰ ਚੰਦੂ ਨੂੰ ਤੇ ਗੁਨਾਹਗਾਰ ਸਾਬਤ ਕਰਦੇ ਹਾਂ, ਜਹਾਂਗੀਰ ਨੂੰ ਰਿਹਾਈ ਦੇ ਦਿੰਦੇ ਹਾਂ। ਇਹ ਸਾਰੇ ਹੀ ਕਾਰਨ ਸਨ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ, ਇਹ ਸਾਰੇ ਹੀ ਗੁਨਾਹਗਾਰ ਨੇ, ਭਾਵੇਂ ਜਹਾਂਗੀਰ ਹੈ ਤੇ ਭਾਵੇਂ ਚੰਦੂ ਹੈ। ਜਹਾਂਗੀਰ ਕਹਿੰਦਾ ਹੈ ਵੀ 5 ਪੁਸ਼ਤਾਂ ਤੋਂ ਝੂਠ ਦੀ ਦੁਕਾਨ ਚੱਲ ਰਹੀ ਸੀ। ਕਈ ਦਫਾ ਮੈਂ ਸੋਚਿਆ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਵਾਂ। ਹਿੰਦੂ ਤੇ ਜਾਂਦੇ ਹੀ ਨੇ ਇਸ ਦੁਕਾਨ ਤੇ, ਇੱਥੋਂ ਤੱਕ ਮੁਸਲਮਾਨ ਵੀ ਜਾਣ ਲੱਗ ਪਏ ਸਨ। ਮਤਲਬ ਸਾਫ ਹੈ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਇਤਨਾ ਕੀਤਾ ਹੈ, ਇੰਨੀ ਸਿੱਖੀ ਪ੍ਰਫੁੱਲਤ ਹੋਈ ਵੀ ਬੜੇ ਬੜੇ ਮੁਸਲਮਾਨ, ਬੜੇ ਬੜੇ ਹਿੰਦੂ ਗੁਰੂ ਦੇ ਸਿੱਖ ਬਣ ਗਏ ਸਨ। ਇਹ ਨਹੀਂ ਪਾਇਆ ਜਹਾਂਗੀਰ ਨੇ। ਗੁਰੂ ਅਰਜਨ ਸਾਹਿਬ ਦੀਆਂ ਬਰਕਤਾਂ ਵੇਖ ਕੇ ਹਿੰਦੂ ਮੁਸਲਮਾਨ ਉਹਦੇ ਚਰਨਾਂ 'ਚ ਝੁਕਦੇ। ਸਭ ਤੋਂ ਵੱਡੀ ਚੋਟ ਜਹਾਂਗੀਰ ਦੇ ਮਨ ਨੂੰ ਇਹ ਲੱਗੀ ਵੀ ਪੰਜਾਬ ਦੇ ਅੰਦਰ ਇਸਲਾਮ ਜਗਤ ਦਾ ਬੜਾ ਵੱਡਾ ਮਹਾਂਪੁਰਸ਼ ਸਾਈਂ ਮੀਆਂ ਮੀਰ, ਜੋ ਬੜਾ ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰਦਾ ਸੀ, ਉਹ ਗੁਰੂ ਅਰਜਨ ਸਾਹਿਬ ਦਾ ਸੇਵਕ ਬਣ ਗਿਆ। ਹੁਣ ਹੈਰਾਨ ਸੀ ਜਹਾਂਗੀਰ ਵੀ ਏਡਾ ਵੱਡਾ ਇਸਲਾਮ ਦਾ ਮਹਾਂਪੁਰਸ਼, ਜਿਸ ਨੂੰ ਅਸੀਂ ਉਸ ਵਲੀ ਅੱਲਾ ਦਾ, ਪਰਮਾਤਮਾ ਦੇ ਚਰਨਾਂ ਦਾ ਪੌਰਾ ਸਮਝਦੇ ਹਾਂ, ਉਹ ਕੁਰਾਨ ਸ਼ਰੀਫ ਦੀ ਤਲਾਵਤ ਛੱਡ ਕੇ ਸੁਖਮਣੀ ਸਾਹਿਬ ਸੁਣਨ ਲੱਗ ਪਿਆ ਹੈ। ਉਹ ਗੁਰੂ ਅਰਜਨ ਸਾਹਿਬ ਦੇ ਚਰਨਾਂ ਨਾਲ ਪ੍ਰੀਤੀ ਰੱਖਣ ਲੱਗ ਪਿਆ ਹੈ। ਤੇ ਆਮ ਮੁਸਲਮਾਨ ਤੇ ਇੱਧਰ ਨੂੰ ਜਾਣਗੇ, ਸਾਡੀ ਗਿਣਤੀ ਘਟੇਗੀ, ਸਿੱਖਾਂ ਦੀ ਗਿਣਤੀ ਵਧੇਗੀ। ਇਹ ਇਸ ਤੋਂ ਪਹਿਲਾਂ ਕਿ ਬਗੀਚਾ ਪ੍ਰਫੁੱਲਤ ਹੋਵੇ ਤੇ ਮਾਲੀ ਨੂੰ ਹੀ ਖਤਮ ਕਰ ਦੇਣਾ ਚਾਹੀਦਾ ਹੈ। ਦੇਖੋ, ਗੁਰੂ ਅਰਜਨ ਸਾਹਿਬ ਤੋਂ ਬਿਨਾਂ ਮੁਕਤੀ ਦਾ ਤਾਂ ਕੋਈ ਨਹੀਂ ਹੈ ਦੁਨੀਆਂ ਤੇ, ਚਾਹੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਹੀ ਹੈ ਜਿਹੜਾ 84 ਤੋਂ ਮੁਕਤੀ ਦਵਾ ਸਕਦਾ ਹੈ, ਉਹਦੇ ਤੋਂ ਬਿਨਾਂ ਕੋਈ ਨਹੀਂ ਹੈ। ਉਹ ਪਰਮਾਤਮਾ ਗੁਰੂ ਅਰਜਨ ਬਣ ਕੇ ਦੁਨੀਆਂ ਤੇ ਆਇਆ। ਗੁਰ ਅਰਜਨ ਪ੍ਰਤੱਖ ਹਰ, ਪਰਮਾਤਮਾ ਹੈ ਗੁਰੂ ਅਰਜਨ। ਕਹਿੰਦੇ ਜਿਹੜਾ ਗੁਰੂ ਅਰਜਨ ਸਾਹਿਬ ਦਾ ਨਾਮ ਜਪੇਗਾ ਨਾ, ਉਹ ਕਦੇ ਵੀ ਜੰਮਣ ਤੇ ਮਰਨ ਦੇ ਦੁੱਖ ਵਿੱਚ ਨਹੀਂ ਪਵੇਗਾ। ਹੁਣ ਚਾਹੇ ਉਹ ਸਾਈਂ ਮੀਆਂ ਮੀਰ ਹੈ, ਮੁਸਲਮਾਨ ਹੈ, ਸਿੱਖ ਹੈ, ਹਿੰਦੂ ਹੈ, ਗੁਰੂ ਅਰਜਨ ਸਾਹਿਬ ਦੀ ਬਖਸ਼ਿਸ਼ ਜਿਹਦੇ ਤੇ ਹੋ ਗਈ, ਉਹਦਾ ਆਵਾਗਮਨ ਮੁੱਕ ਗਿਆ। ਜਹਾਂਗੀਰ ਦੇ ਮਨ ਵਿੱਚ ਇਹ ਆਇਆ, ਇਸ ਤੋਂ ਪਹਿਲਾਂ ਕਿ ਸਾਰੇ ਮੁਸਲਮਾਨ ਇਹਦੇ ਸੇਵਕ ਬਣ ਜਾਣ, ਹਿੰਦੂ ਇਹਦੇ ਸੇਵਕ ਬਣ ਜਾਣ, ਏਡਾ ਮਹਾਨ ਫਕੀਰ ਇਹਦਾ ਸੇਵਕ ਬਣ ਗਿਆ, ਇਹਨੂੰ ਖਤਮ ਕਰ ਦੇਣਾ ਚਾਹੀਦਾ। ਇਹ ਕਾਰਨ ਹੈ ਅਸਲ। ਫਿਰ ਵਿਦਵਾਨ ਪੁਰਸ਼ਾਂ ਨੇ ਕੁਝ ਹੋਰ ਕਾਰਨ ਵੀ ਮੰਨੇ। ਇਸਲਾਮ ਜਗਤ ਦੇ ਅੰਦਰ, ਜਿਵੇਂ ਆਪਣੇ ਸਿੱਖ ਜਗਤ ਅੰਦਰ ਸੰਪਰਦਾਵਾਂ ਨੇ, ਇਸਲਾਮ ਵਿੱਚ ਵੀ ਬੜੀਆਂ ਸੰਪਰਦਾਵਾਂ ਨੇ ਜੋ ਇਸਲਾਮ ਦਾ ਪ੍ਰਚਾਰ ਕਰਦੀਆਂ ਨੇ। ਇੱਕ ਸੰਪਰਦਾਇ ਹੈ ਨਕਸ਼ਬੰਦੀ। ਨਕਸ਼ਬੰਦੀ ਮਤ ਜਾਂ ਸਖੀ ਸਰਵਰ ਮਤ, ਇਹ ਜਿਹਨਾਂ ਕਬਰਾਂ ਦੇ ਦੀਵੇ ਦੂਵੇ ਜਗਾਉਂਦੇ ਫਿਰਦੇ ਜੇ, ਇਹ ਸਾਰੇ ਦੋਸ਼ੀ ਨੇ, ਕਿਉਂਕਿ ਸਾਰਿਆਂ ਦੀਆਂ ਹੀ ਦੁਕਾਨਾਂ ਬੰਦ ਹੋ ਗਈਆਂ ਸੀ ਗੁਰੂ ਅਰਜਨ ਸਾਹਿਬ ਦੇ ਸਮੇਂ। ਸਾਰੇ ਹੀ ਗੁਰੂ ਅਰਜਨ ਸਾਹਿਬ ਨੂੰ ਰਸਤੇ 'ਚੋਂ ਹਟਾਉਣਾ ਚਾਹੁੰਦੇ ਸਨ। ਅਸੀਂ ਜਿਹੜੇ ਗੁਰੂ ਪਾਤਸ਼ਾਹ ਨੂੰ ਸ਼ਹੀਦ ਕਰਵਾਉਣ ਵਾਲੇ ਨੇ, ਉਹਨਾਂ ਦੀਆਂ ਕਬਰਾਂ 'ਤੇ ਦੇਸੀ ਘਿਓ ਦੇ ਦੀਵੇ ਜਗਾਉਂਦੇ ਹਾਂ, ਇਦੋਂ ਵੱਡੀ ਅਕ੍ਰਿਤ ਘਣਤਾ ਸਿੱਖ ਲਈ ਹੋਰ ਕੀ ਹੋ ਸਕਦੀ ਹੈ। ਨਕਸ਼ਬੰਦੀ ਮਤ ਸੁੰਨੀ
ਸਪਿਰਚੁਅਲ ਆਰਡਰ ਆਫ ਸੂਫੀਜ਼ਮ ਇਹ ਸੁੰਨੀ ਪੱਖ ਦੇ ਲੋਕ ਨੇ ਅਖਵਾਉਂਦੇ ਸੂਫੀ ਨੇ ਇੱਕ ਬਹਾਉਦੀਨ ਨਕਸ਼ਬੰਦ ਬੁਖਾਰੀ ਫਕੀਰ ਹੋਇਆ ਉਹਦੇ ਨਾਂ ਤੇ ਇੱਕ ਮਤ ਚੱਲਿਆ ਸੀ ਨਕਸ਼ਬੰਦ ਮਤ ਇਹਨੂੰ ਨਕਸ਼ਬੰਦੀ ਕਹਿ ਲਓ ਜੋ ਵੀ ਕਹਿ ਲਓ ਇਹ ਜਿਹੜਾ ਨਕਸ਼ਬੰਦੀ ਮਤ ਸੀ ਇਹਨਾਂ ਦਾ ਬੜਾ ਪ੍ਰਭਾਵ ਸੀ ਇਸਲਾਮ ਜਗਤ ਤੇ ਜਹਾਂਗੀਰ ਵਰਗੇ ਰਾਜਿਆਂ ਤੇ ਰਾਜਨੀਤਿਕ ਤੌਰ ਤੇ ਬੜਾ ਪ੍ਰਭਾਵ ਸੀ ਇਹਨਾਂ ਦਾ ਜਿਹੜਾ ਪਹਿਲਾ ਆਗੂ ਹੈ ਜਿਹਦਾ ਦਾਸ ਜ਼ਿਕਰ ਕਰ ਚੁੱਕਿਆ ਹੈ ਬਹਾਉਦੀਨ ਨਕਸ਼ਬੰਦ ਬੁਖਾਰੀ ਇਹ ਆਗਾਜ਼ ਇਸ ਮਤ ਦਾ ਇਹਦੇ ਤੋਂ ਹੋਇਆ ਇਹਦੇ ਬਾਅਦ ਸ਼ੇਖ ਅਹਿਮਦ ਸਰਹੰਦੀ ਉਹ ਆਗੂ ਰਿਹਾ ਉਹਦਾ ਵੀ ਜਹਾਂਗੀਰ ਦੇ ਉੱਤੇ ਬੜਾ ਪ੍ਰਭਾਵ ਸੀ ਉਹਦੇ ਪ੍ਰਭਾਵ ਹੇਠ ਹੀ ਕੁਝ ਇੱਕ ਦੋ ਕਾਰਜ ਜਿਹੜੇ ਜਹਾਂਗੀਰ ਨੇ ਚੰਗੇ ਕੀਤੇ ਸਨ ਜੂਏ ਖਾਨੇ ਬੰਦ ਕਰ ਦਿੱਤੇ ਭਾਰਤ ਵਰਸ਼ ਵਿੱਚੋਂ ਸ਼ਰਾਬ ਖਾਨੇ ਬੰਦ ਕਰ ਦਿੱਤੇ ਇਹ ਉਸੇ ਦਾ ਪ੍ਰਭਾਵ ਸੀ ਹੁਣ ਨਕਸ਼ਬੰਦੀ ਮਤ ਜਿਹੜਾ ਸੀ ਉਹ ਗੁਰੂ ਅਰਜਨ ਸਾਹਿਬ ਦੇ ਪ੍ਰਭਾਵ ਕਰਕੇ ਪ੍ਰਫੁੱਲਤ ਨਹੀਂ ਸੀ ਹੋ ਪਾ ਰਿਹਾ ਭਾਰਤ ਵਰਸ਼ ਅੰਦਰ ਸ਼ੇਖ ਅਹਿਮਦ ਸਰਹੰਦੀ ਨੇ ਜਹਾਂਗੀਰ ਦੇ ਉਸਦੇ ਜਰਨੈਲਾਂ ਤੇ ਇੱਕ ਆਪਣੇ ਅਨੁਆਈ ਸ਼ੇਖ ਫਰੀਦ ਬੁਖਾਰੀ ਬਾਬਾ ਫਰੀਦ ਨਹੀਂ ਸ਼ੇਖ ਫਰੀਦ ਬੁਖਾਰੀ ਤੇ ਦਬਾਅ ਪਾਇਆ ਵੀ ਕਿਸੇ ਤਰ੍ਹਾਂ ਜਹਾਂਗੀਰ ਨੂੰ ਮਨਾਈਏ ਵੀ ਜਿੰਨਾ ਚਿਰ ਗੁਰੂ ਅਰਜਨ ਜਿਉਂਦਾ ਹੈ ਉਹਨਾਂ ਚਿਰ ਇਸਲਾਮ ਜਗਤ ਵੱਧ ਨਹੀਂ ਸਕਦਾ ਭਾਰਤ ਅੰਦਰ ਇੰਨਾ ਪ੍ਰਭਾਵ ਪਾਇਆ ਇੱਕ ਕਾਰਨ ਇਹ ਦੱਸਿਆ ਜਾਂਦਾ ਹੈ ਸਖੀ ਸਰਵਰ ਮਾਤਾ ਸਖੀ ਸਰਵਰ ਕਿਹਨੂੰ ਕਿਹਾ ਜਿਹੜੇ ਕਬਰਾਂ ਦੀ ਤੁਸੀਂ ਪੂਜਾ ਕਰਦੇ ਹੋ ਹੁਣ ਜਿਹੜਾ ਸਖੀ ਸਰਵਰ ਮਤ ਹੈ ਇਹ ਵੀ ਅਹਿਮ ਕਾਰਨ ਹੈ ਗੁਰੂ ਪਾਤਸ਼ਾਹ ਦੀ ਸ਼ਹਾਦਤ ਦਾ ਕਬਰਾਂ ਦੀ ਪੂਜਾ ਛੱਡ ਕੇ ਗੁਰੂ ਅਰਜਨ ਸਾਹਿਬ ਦੇ ਸਿੱਖ ਬਣ ਰਹੇ ਸਨ ਸਾਰੇ ਲੋਕ ਇਹ ਸਖੀ ਸਰਵਰੀਏ ਵੀ ਭੋਲੇ ਭਾਲੇ ਉਸ ਸਮੇਂ ਹਿੰਦੂਆਂ ਨੂੰ ਨਾਲ ਜੋੜ ਕੇ ਕਬਰਾਂ ਦੇ ਫਿਰ ਹੌਲੀ ਹੌਲੀ ਪੰਜ ਵਗਤ ਦੇ ਨਮਾਜ਼ੀ ਬਣਾਉਂਦੇ ਸਨ ਮੁਸਲਮਾਨ ਬਣਾਉਂਦੇ ਸਨ ਸਖੀ ਸਰਵਰ ਮਤ ਨੂੰ ਵੀ ਖਤਰਾ ਸੀ ਕਬਰਾਂ ਦੀ ਮਨੌਤ ਛੱਡ ਕੇ ਸਾਰੇ ਸਿੱਖ ਬਣ ਰਹੇ ਨੇ ਜੇ ਗੁਰੂ ਅਰਜਨ ਰਹਿ ਗਿਆ ਤੇ ਕਬਰਾਂ ਨੂੰ ਪੂਜਣ ਵਾਲਾ ਕੋਈ ਨਹੀਂ ਰਹਿਣਾ ਅੱਛਾ ਇੱਕ ਗੱਲ ਹੋਰ ਵੀ ਦੱਸਾਂ ਆਪਣੇ ਲੋਕ ਕਬਰਾਂ ਤੇ ਬਣਾ ਲੈਂਦੇ ਨੇ ਵੀ ਇਹ ਨਗਾਹੇ ਵਾਲੇ ਦੀ ਹੈ ਇਹ ਲਾਲਾਂ ਵਾਲੇ ਦੀ ਹੈ ਮੁਬਾਰਕ ਹੈ ਜਿਨ੍ਹਾਂ ਦੀਆਂ ਉਹ ਕਬਰਾਂ ਨੇ ਪਰ ਸਿਖਾ ਝੋਲੀ ਇੱਕ ਹੈ ਖਸਮ ਗੁਰੂ ਗ੍ਰੰਥ ਸਾਹਿਬ ਹੈ ਤੂੰ ਦਰ ਦਰ ਤੇ ਨਾ ਅੱਡਿਆ ਕਰ ਬੇੜੀ ਇੱਕ ਵਿੱਚ ਹੀ ਕਦਮ ਪਾਉਣ ਵਾਲਾ ਬਾਰ ਲੰਘਦਾ ਹੈ ਇਹ ਨਹੀਂ ਆਪਾਂ ਨੂੰ ਕਿਹਾ ਵੀ ਕਿਸੇ ਨੂੰ ਗਾਲਾਂ ਕੱਢੋ ਕਿਸੇ ਮਤ ਨੂੰ ਮਾੜਾ ਕਹੋ ਪਰ ਇਹ ਵੀ ਨਹੀਂ ਖੁੱਲ ਦਿੱਤੀ ਵੀ ਦਰ ਦਰ ਤੇ ਝੁਕਦੇ ਫਿਰੋ ਜਿਹੜਾ ਦਰ ਦਰ ਤੇ ਕੀਰਨੇ ਪਾਉਂਦਾ ਹੈ ਮੱਥਾ ਰਗੜਦਾ ਹੈ ਉਹਦੀ ਕੋਈ ਹਸਤੀ ਨਹੀਂ ਹੁੰਦੀ ਆ ਪਿੰਡ ਚ ਤੁਸੀਂ ਕਈ ਵਾਰ ਵੇਖਿਆ ਉਹ ਫਲਾਨਾ ਬੰਦਾ ਦੋਗਲਾ ਦੋਵੇਂ ਬੰਨੇ ਤੁਰਿਆ ਫਿਰਦਾ ਕੋਈ ਨੀ ਪੁੱਛਦਾ ਉਹਨੂੰ ਇੱਕ ਰੱਤ ਤੇ ਖਲੋਣਾ ਪੈਂਦਾ ਇੱਕ ਪੱਖ ਵਿੱਚ ਆਉਣਾ ਪੈਂਦਾ ਕਾਮਯਾਬ ਹੋਈ ਸਮਝਿਆ ਜਾਂਦਾ ਇੱਕ ਦਾ ਆਉਣਾ ਪੈਂਦਾ ਅੱਛਾ ਇਹ ਪੰਜਾਬ ਚ ਇੱਥੇ ਆਪਣੇ ਪੰਜਾਬ ਚ ਸਾਈਡ ਤੇ ਇੱਧਰ ਨੀ ਜੇ ਵੜਿਆ ਕਦੇ ਸਖੀ ਸਰਵਰ ਤੇ ਕਬਰਾਂ ਇੱਥੇ ਬਣਾਈਆਂ ਲੋਕਾਂ ਨੇ ਇਹ ਆਇਆ ਕਿੱਥੋਂ ਹੈ ਜੈਨੁਲ ਅਬਦੀਨ ਨਾਂ ਸੁਣਿਓ ਜੈਨੁਲ ਅਬਦੀਨ ਤੇ ਬਾਈ ਆਇਸ਼ਾ ਉਹਨਾਂ ਦੇ ਘਰ ਵਿੱਚ ਇੱਕ ਕਾਕਾ ਪੈਦਾ ਹੋਇਆ ਇਹ ਬਗਦਾਦ ਰਹਿੰਦੇ ਸਨ ਸ਼ਾਹਕੋਟ ਆਏ ਮੁਲਤਾਨ ਦਾ ਇਲਾਕਾ ਸ਼ਾਹਕੋਟ ਉੱਥੇ ਆ ਕੇ ਵਸੇ ਇਹਨਾਂ ਦੇ ਘਰ ਵਿੱਚ ਇੱਕ ਬੱਚੇ ਦਾ ਆਗਾਜ਼ ਹੋਇਆ ਸੈਯਦ ਅਹਿਮਦ ਸੁਲਤਾਨ ਉਹਦਾ ਨਾਂ ਸੀ ਜਿਹਨੂੰ ਸਖੀ ਸਰਵਰ ਤੁਸੀਂ ਕਹਿੰਦੇ ਸਖੀ ਸਰਵਰ ਦੇ ਨਾਮ ਨਾਲ ਪ੍ਰਸਿੱਧ ਹੋਇਆ ਇਹ ਸੰਤ ਸਮਝਿਆ ਗਿਆ ਉਸ ਇਲਾਕੇ ਵਿੱਚ ਅੱਛਾ ਖੈਰ ਕਬਰਾਂ ਤੇ ਚੇਲੇ ਬਾਲ ਕੇ ਬਣਾ ਕੇ ਪੂਜਾ ਕਰਨ ਲੱਗ ਪੈਂਦੇ ਨੇ ਇਸਲਾਮ ਜਗਤ ਤੇ ਵੈਸੇ ਵੀ ਕਬਰ ਬਣਦੀ ਹੈ ਕੋਈ ਵੀ ਮਰਦਾ ਉਹਦੀ ਕਬਰ ਬਣਦੀ ਹੈ ਆਪਣੇ ਜਿਵੇਂ ਸੰਸਕਾਰ ਹੁੰਦਾ ਪਰ ਇਸਲਾਮ ਜਗਤ ਖੁਦਾ ਤੋਂ ਬਿਨਾਂ ਕਿਸੇ ਨੂੰ ਨਹੀਂ ਜੇ ਮੰਨਦਾ ਮੁਸਲਮਾਨ ਸੱਚਾ ਕਬਰ ਅੱਗੇ ਕਦੇ ਨਹੀਂ ਝੁਕਦਾ ਕਦੇ ਵੇਖਿਆ ਨਾ ਕਬਰਾਂ ਤੇ ਕੋਈ ਮੁਸਲਮਾਨ ਝੁਕੇ ਆਹ ਦਸਤਾਰਾਂ ਵਾਲੇ ਹੀ ਤੁਰੇ ਫਿਰਦੇ ਨੇ ਆਪਣੇ ਪਤਾ ਨੀ ਕੀ ਹੋਇਆ
मुसलमान झुकदा ही नहीं है, जिन्हां दीआं कबरां उह सिर ही नहीं झुकाउंदे कबर अगे, ते जिन्हां दीआं कबरां हुण उह सिर ना झुकाउण ते साडा लेखा जोखा कोई नहीं, कबरां नाल ते साडे वड्डे वड्डे गातरे पा के दस्तारां बन के उत्थे मत्था रगड़ना, ते कित्थों गुरु गोबिंद सिंह बख्श देवेगा इन्हां कृत करां। जिहदा खाने है सजदा उहदे अगे ही फबदा है, देण वाला कौन है दादा दादा, एक है सबको देवन हार, देंदिया तोटना वही गंत भरे भंडार, गुरु परमेश्वर देण वाला, असी कबरां अगे झुकीए ये ठीक नहीं, जिन्हां दीआं कबरां वो आप ही नहीं झुकदे तुसीं क्यों झुकदे। ठीक है होया होवेगा वो संत सखी सरवर होवेगा, संत होवेगा फकीर, ਉਹਦਾ ਅਦਬ ਹੈ ਸਤਿਕਾਰ ਹੈ, ਉਹਦੀ ਕਬਰ ਬਣਾ ਲਈ ਮੁਸਲਮਾਨ ਵੀਰਾਂ ਨੇ, ਜਦੋਂ ਉਹ ਨਹੀਂ ਝੁਕਦੇ ਤੇ ਆਪਾਂ ਕਿਉਂ ਝੁਕਣਾ ਹੈ। ਪਰਮੇਸ਼ਰ ਨੇ ਸਭ ਕੁਝ ਬਖਸ਼ਿਆ ਹੈ, ਉਹਨੂੰ ਯਾਦ ਕਰਿਆ ਕਰੋ, ਉਹਦਾ ਧਿਆਨ ਧਰਿਆ ਕਰੋ, ਉਹੀ ਝੋਲੀਆਂ ਭਰਨ ਵਾਲਾ ਹੈ, ਉਹਦੇ ਬੋਲ ਸਾਡੇ ਕੋਲ ਪਏ ਨੇ, ਵਾਹੋ ਵਾਹੋ ਬਾਣੀ, ਨਿਰੰਕਾਰ ਹੈ ਪੋਥੀ ਪਰਮੇਸ਼ਰ ਕਾ ਥਾਨ, ਤੇ ਇਹਦੇ ਅੱਗੇ ਝੁਕਣਾ ਹੈ। ਬਾਣੀ ਕਹਿੰਦੀ ਹੈ ਨੈਨੀ ਦੇਖੋ ਗੁਰ ਦਰਸ਼ਨੋ ਗੁਰ ਚਰਨੀ ਮੱਥਾ, ਇਹਦੇ ਨਹੀਂ ਆਖਿਆ ਵੀ ਕਬਰ ਅੱਗੇ ਮੱਥਾ, ਇੱਥੇ ਆਖਿਆ ਗੁਰ ਚਰਨੀ ਮੱਥਾ, ਗੁਰੂ ਅੱਗੇ ਝੁਕਣਾ ਹੈ। ਖੈਰ ਇਹ ਜਿਹੜਾ ਸਖੀ ਸਰਵਰ ਸੀ ਸੈਯਦ ਅਹਿਮਦ ਸੁਲਤਾਨ, ਇਹ ਜਦੋਂ ਪੁਰਸ਼ ਦਾ ਆਗਾਜ਼ ਹੁੰਦਾ ਹੈ, ਇਹ ਰਹਿੰਦਾ ਪਤਾ ਕਿੱਥੇ ਸੀ, ਪਾਕਿਸਤਾਨ ਦੇ ਜ਼ਿਲ੍ਹਾ ਡੇਰਾ ਗਾਜ਼ੀ ਖਾਨ ਦੇ ਪਿੰਡ ਨਗਾਹੇ ਰਹਿੰਦਾ ਸੀ, ਇੱਥੋਂ ਨਗਾਹੇ ਵਾਲਾ ਪੀਰ ਪ੍ਰਸਿੱਧ ਹੋਇਆ ਹੈ, ਨਗਾਹੇ ਵਾਲਾ ਪੀਰ ਇਹਦਾ ਨਾਮ ਪੈ ਗਿਆ। ਇਹ 1100-1200 ਈਸਵੀ ਦੇ ਸਮੇਂ ਚ ਹੋਇਆ, ਤੇ ਉਦੋਂ ਹੀ ਆਪਣੀ ਉਮਰ ਭੋਗ ਕੇ ਦੁਨੀਆਂ ਤੋਂ ਚਲਿਆ ਗਿਆ। ਮੈਂ ਇਹ ਦੱਸ ਰਿਹਾ ਵੀ ਇਹ ਮਤ ਦਾ ਆਗਾਜ਼ ਕਿੱਥੋਂ ਹੋਇਆ। ਸੰਨ 1200 ਤੋਂ ਪਹਿਲਾਂ ਇਹ ਸਰੀਰ ਤਿਆਗ ਗਿਆ ਹੈ, ਇਹਦਾ ਨਾਂ ਕਿਸੇ ਨੇ ਨਗਾਹੇ ਵਾਲਾ ਪੀਰ ਪਾਇਆ, ਕੋਈ ਲੱਖ ਦਾਤਾ ਕਹਿੰਦਾ, ਕੋਈ ਲਾਲਾਂ ਵਾਲਾ ਪੀਰ ਕਹਿੰਦਾ। ਉਧਰ ਹੀ ਜਿਹੜਾ ਉਹ ਜਿਹੜਾ ਇਲਾਕਾ ਹੈ ਗਾਜ਼ੀ ਖਾਨ, ਉੱਥੇ ਇਸਦੀ ਇਸ ਫਕੀਰ ਦੀ ਮੌਤ ਹੋ ਜਾਂਦੀ ਹੈ, ਉੱਥੇ ਇਹਦੀ ਮੌਤ ਹੋ ਗਈ ਗਾਜ਼ੀ ਖਾਨ। ਅੱਛਾ, ਇੱਥੇ ਤੇ ਆਇਆ ਨਹੀਂ ਜਿੱਥੇ ਕਬਰਾਂ ਬਣਾ ਕੇ ਬੈਠੇ ਨੇ, ਇੱਥੇ ਉਹ ਵਿਚਰਿਆ ਨਹੀਂ ਜਿੱਥੇ ਕਬਰਾਂ ਬਣਾ ਕੇ ਬੈਠੇ ਨੇ, ਤੇ ਜਿੱਥੇ ਉਹ ਵਿਚਰਦਾ ਰਿਹਾ ਹੈ, ਜਿੱਥੇ ਉਹਦੀ ਅਸਲ ਕਬਰ ਹੈ, ਉੱਥੇ ਸੱਚਾ ਮੁਸਲਮਾਨ ਤੇ ਨਹੀਂ ਝੁਕਦਾ। ਹਾਂ, ਇਹਦਾ ਅਦਬ ਜ਼ਰੂਰ ਕਰਦੇ ਨੇ, ਉਹ ਸਾਧੂ ਹੋਇਆ, ਸੰਤ ਸਮਝਿਆ ਗਿਆ, ਫਕੀਰ ਸਮਝਿਆ ਗਿਆ। ਹੁਣ ਇਹ ਜਿਹੜਾ ਸਖੀ ਸਰਵਰ ਮਤ ਸੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੰਨਾ ਦੀਨ ਦੁਨੀਆਂ ਦੇ ਮਾਲਕ ਦਾ ਤੇਜ ਪ੍ਰਤਾਪ ਸੀ ਵੀ ਲੋਕ ਕਬਰਾਂ ਦੀ ਮਨੌਤ ਛੱਡ ਕੇ ਸਿੱਖ ਬਣ ਰਹੇ ਸਨ, ਔਰ ਸਖੀ ਸਰਵਰ ਮਤ ਦਾ ਬੜਾ ਵੱਡਾ ਕੇਂਦਰ ਪੰਜਾਬ ਦੀ ਧਰਤੀ ਤੇ ਪਿੰਡ ਕੰਗ ਮਾਹੀ ਦੇ ਵਿੱਚ ਸੀ, ਜਿਹੜਾ ਗੁਰੂ ਅਰਜਨ ਸਾਹਿਬ ਦੀ ਕਿਰਪਾ ਸਦਕਾ ਉੱਥੋਂ ਪੁੱਟਿਆ ਗਿਆ ਸੀ। ਤੁਸੀਂ ਇੱਕ ਨਾਮ ਸੁਣਿਆ ਇਤਿਹਾਸ ਵਿੱਚ, ਭਾਈ ਮੰਝ, ਇਹ ਆਗੂ ਸੀ ਸਖੀ ਸਰਵਰਾਂ ਦਾ, ਭਾਵ ਉਸ ਮਤ ਨੂੰ ਮੰਨਣ ਵਾਲੇ ਜਿਹੜੇ ਲੋਕ ਸਨ ਉਹਨਾਂ ਦਾ ਇਹ ਆਗੂ ਸਮਝਿਆ ਜਾਂਦਾ ਸੀ। ਇਹਦਾ ਨਾਂ ਸੀ ਚੌਧਰੀ ਤੀਰਥਾ, ਇਹ ਇੱਕ ਰਾਜਪੂਤ ਸੀ, ਗੋਤ ਇਹਦੀ ਮੰਝ ਸੀ, ਇਹਦਾ ਨਾਮ ਮੰਝ ਨਹੀਂ ਸੀ, ਇਹਦੀ ਗੋਤ ਮੰਝ ਸੀ। ਇਹ ਚੰਦਰਵੰਸ਼ੀ ਰਾਜਪੂਤਾਂ ਦੀ ਇੱਕ ਜਾਤ ਹੈ ਮੰਝ, ਇਹ ਰਾਜਪੂਤ ਹੋਏ, ਔਰ ਮੰਝ ਕਲੈਨ ਦਾ ਇਹ ਚੌਧਰੀ ਸੀ, ਇਹ ਆਗੂ ਸੀ, ਨਾਮ ਇਹਦਾ ਤੀਰਥਾ ਸੀ, ਉਦਾਂ ਆਪਾਂ ਪ੍ਰੇਮ ਨਾਲ ਭਾਈ ਮੰਝ ਕਹਿ ਦਿੰਦੇ ਹਾਂ ਇਸਨੂੰ। ਪਿੰਡ ਕੰਗ ਮਾਹੀ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਇਹ ਸਖੀ ਸਰਵਰਾਂ ਦੀ ਜਿਹੜੀ ਸੰਗਤ ਸੀ, ਜਿਹੜੇ ਉਹਨਾਂ ਨੂੰ ਮੰਨਦੇ ਸਨ, ਉਹਨਾਂ ਨੂੰ ਇਕੱਠੇ ਕਰਕੇ ਆਪਣੇ ਪਿੰਡੋਂ ਚੱਲਦਾ ਸੀ, ਰਸਤੇ ਚੋਂ ਉਹਨਾਂ ਦੇ ਸੇਵਕਾਂ ਨੂੰ ਇਕੱਠਿਆਂ ਕਰਕੇ ਪਿੰਡ ਨਿਗਾਹੇ ਵੱਲ ਨੂੰ ਚੱਲ ਪੈਂਦਾ ਸੀ। ਇਹ ਡੇਰਾ ਗਾਜ਼ੀ ਖਾਂ ਪਾਕਿਸਤਾਨ ਦੇ ਇਲਾਕੇ ਵਿੱਚ, ਉੱਥੇ ਨਿਗਾਹੇ ਪਹੁੰਚ ਕੇ ਉਹਨਾਂ ਦੀ ਮਨੌਤ ਮੰਨਦਾ ਸੀ, ਉਹਨਾਂ ਨੂੰ ਪੂਜਦਾ ਸੀ, ਉਹਨਾਂ ਅੱਗੇ ਸਿਰ ਝੁਕਾਉਂਦਾ ਸੀ। ਹੁਣ ਇਹਦੇ ਪਿੰਡ ਵਿੱਚ ਕੁਝ ਗੁਰੂ ਕੇ ਸਿੱਖ ਨੇ,
और ਉਹਨਾਂ ਸਿੱਖਾਂ ਦੀ ਰਹਿਣੀ ਬਹਿਣੀ ਨੂੰ ਦੇਖ ਕੇ ਜਿਹੜਾ ਮੰਝ ਹੈ ਨਾ ਚੌਧਰੀ ਤੀਰਥਾ ਹੈ ਇਹ ਪ੍ਰਭਾਵਿਤ ਹੋਇਆ। ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਵਿੱਚ ਲਿਖਿਆ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅੰਦਰ ਹੇਰ ਹੇਰ ਸਿੱਖਨ ਕਹੁ ਨੀਕੇ ਸਿੱਖੀ ਗਹੁ ਮਨੋਰਥ ਜੀ ਕੈ। ਉਹ ਮਨ ਵਿੱਚ ਆਇਆ ਉਸ ਮੰਝ ਦੇ ਉਸ ਚੌਧਰੀ ਤੀਰਥੇ ਦੇ ਵੀ ਕਿਤੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਹੋਣ, ਮੈਂ ਉਹਨਾਂ ਦਾ ਸਿੱਖ ਬਣਾ। ਆਗੂ ਸਖੀ ਸਰਬਨਾ ਦਾ, ਪਰ ਸਿੱਖਾਂ ਦੀ ਰਹਿਣੀ ਬਹਿਣੀ ਐਸੀ ਹੈ ਵੀ ਵੇਖ ਕੇ ਪ੍ਰਭਾਵਿਤ ਹੋਇਆ ਔਰ ਲੈ ਕੇ ਜਥਾ ਜਾ ਰਿਹਾ ਸੀ। ਸੋਚਿਆ ਨਿਗਾਹੇ ਤੇ ਜਾਣਾ ਹੀ ਹੈ, ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰ ਲਈਏ। ਸ੍ਰੀ ਅੰਮ੍ਰਿਤਸਰ ਸਾਹਿਬ ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਦੇ ਦੀਦਾਰੇ ਕੀਤੇ ਸਾਹਮਣੇ ਹੋ ਗਏ ਤੇ ਜਿਹੜਾ ਇੱਕ ਵਾਰ ਉਹਦੇ ਦਰਸ਼ਨ ਕਰ ਲਵੇ ਉਹਦੇ ਭਾਗ ਉਹਦੇ ਹੋ ਜਾਂਦੇ ਨੇ। ਫਿਰ ਸਭ ਕੰਕੜ ਛੁੱਟ ਜਾਂਦੇ ਨੇ, ਜਦੋਂ ਹੀਰਾ ਹੱਥ ਆ ਜੇ ਫਿਰ ਰੋੜੇ ਕੰਕੜ ਕੀ ਕਰਨੇ ਨੇ ਦੱਸ, ਜਦੋਂ ਹੀਰਾ ਹੱਥ ਆ ਗਿਆ ਫਿਰ ਕੱਚ ਕੀ ਕਰਨਾ ਹੈ ਇਕੱਠਾ ਕਰਕੇ। ਸਦਨ ਤਿਆਗ ਕੈ ਸਭ ਪਰਿਵਾਰ ਪੁੱਤਰਾਧ ਕੋ ਪ੍ਰੇਮ ਵਿਸਾਰ। ਪਰਿਵਾਰ ਦਾ ਮੋਹ ਛੱਡ ਕੇ ਪਿੰਡ ਛੱਡ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਪਹੁੰਚਿਆ ਤੇ ਕਵੀ ਜੀ ਕਹਿੰਦੇ ਬੜੇ ਵੱਡੇ ਭਾਗ ਹੋਣ ਤੇ ਗੁਰੂ ਅਰਜਨ ਦੇ ਚਰਨਾਂ ਵਿੱਚ ਪਹੁੰਚਿਆ ਜਾਂਦਾ ਹੈ। ਪੂਰਬਲੇ ਜਾਗੇ ਸ਼ੁਭ ਭਾਗ, ਪੂਰਬਲੇ ਜਾਗੇ ਸ਼ੁਭ ਭਾਗ ਕਰਕੇ ਦ੍ਰਿੜ ਪੁਰ ਮਹਿ ਵੈਰਾਗ। ਮਨ ਵਿੱਚ ਵੈਰਾਗ ਪੈਦਾ ਹੋਇਆ ਉਹਦੇ ਦੀਦਾਰਿਆਂ ਦਾ। ਬੰਦੇ ਪਦ ਅਰਬਿੰਦ ਸੁਹਾਏ, ਬੰਦੇ ਪਦ ਚਰਨਾਂ ਤੇ ਮੱਥਾ ਟੇਕਿਆ। ਬੰਦੇ ਪਦ ਅਰਬਿੰਦ ਸੁਹਾਏ ਮ੍ਰਿਦਲ ਮ੍ਰਿਦਲ ਬਿਮਲ ਦੁਤਵੰਤੇ, ਮ੍ਰਿਦਲ ਮ੍ਰਿਦਲ ਬਿਮਲ ਦੁਤਵੰਤੇ ਰਾਗ ਪਰਾਗ ਜਿਨਕੀ ਸੁਖਵੰਤੇ। ਕੋਮਲ ਜੇ ਚਰਨਾਂ ਉੱਤੇ ਨਮਸਕਾਰ ਕੀਤੀ ਸ੍ਰੀ ਅਰਜਨ ਕੀ ਸ਼ਰਨੀ ਆਏ। ਬੰਦੇ ਪਦ ਅਰਬਿੰਦ ਸੁਹਾਏ ਸ਼ਰਨ ਆ ਕੇ ਚਰਨਾਂ ਦੇ ਉੱਤੇ ਸਿਰ ਝੁਕਾਇਆ ਮੰਝ ਨੇ ਤੇ ਦੀਦਾਰੇ ਕਰਕੇ ਹੀ ਮੰਗ ਲਿਆ, ਕਹਿੰਦਾ ਮੈਨੂੰ ਸਿੱਖੀ ਬਖਸ਼ ਦਿਓ। ਮਤਲਬ ਵੀ ਫਿਰਦਾ ਹੈ ਭੜਕਦਾ, ਕਬਰਾਂ ਦੀ ਮਨੌਤ ਮਨਾਉਂਦਾ ਹੈ, ਮਨ ਨਹੀਂ ਟਿਕਿਆ, ਮੰਗਣਾ ਨਹੀਂ ਮੁੱਕਿਆ। ਗੁਰੂ ਨਾਨਕ ਦਾ ਦਰ ਐਸਾ ਹੈ ਜਿਹੜਾ ਇਹਦੇ ਅੱਗੇ ਝੋਲੀ ਅੱਡ ਦੇਵੇ ਝੋਲੀ ਭਰ ਦਿੰਦਾ ਹੈ, ਮੰਗਣੇ ਹੀ ਮੁੱਕ ਜਾਂਦੇ ਨੇ ਉਸਦੇ, ਫਿਰ ਹੋਰ ਕਿਤੇ ਮੰਗਣਾ ਹੀ ਨਹੀਂ ਪੈਂਦਾ। ਕਹਿੰਦਾ ਸਿੱਖੀ ਬਖਸ਼ ਦਿਓ। ਸ੍ਰੀ ਅਰਜਨ ਦੀਨ ਦੁਨੀਆ ਦੇ ਮਾਲਕ ਇਹ ਗੱਲ ਸੁਣ ਕੇ ਫਰਮਾਉਂਦੇ ਨੇ ਕੁਛ। ਮਹਾਰਾਜ ਆਖਣ ਲੱਗੇ ਸੁਣ ਕੇ ਸ੍ਰੀ ਅਰਜਨ ਫੁਰਮਾਇਓ ਆਪਣ ਪੀਰ ਤੈ ਤੁਰਕ ਬਣਾਇਓ, ਸਰਵਰ ਕੇ ਮੁਰੀਦ ਤੁਮ ਰਹੇ, ਸਰਵਰ ਕੇ ਮੁਰੀਦ ਤੁਮ ਰਹੇ, ਇਤ ਗੁਰ ਸਿੱਖੀ ਦੁਰਲਭ ਅਹੇ। ਤੂੰ ਸਿੱਖ ਹੈ ਸਖੀ ਸਰਵਰ ਦਾ, ਸਿੱਖੀ ਤੈਨੂੰ ਨਹੀਂ ਮਿਲ ਸਕਦੀ। ਇਹ ਚਰਨਾਂ ਤੇ ਡਿੱਗ ਕੇ ਵੈਰਾਗ ਕਰੇ ਮੈਨੂੰ ਸਿੱਖੀ ਬਖਸ਼ ਦਿਓ। ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਮੰਝ, ਜੇ ਗੁਰੂ ਨਾਨਕ ਦੀ ਸਿੱਖੀ ਚਾਹੀਦੀ ਹੈ ਤੇ ਪਹਿਲਾਂ ਆਪਣੇ ਮਨ ਵਿੱਚੋਂ ਸਖੀ ਸਰਵਰ ਦੀ ਸਿੱਖੀ ਕੱਢ ਦੇ। ਮੈਂ ਸਿੱਖੀ ਤੇ ਸਿੱਖੀ ਨਹੀਂ ਟਿਕਾ ਸਕਦਾ, ਇੱਕ ਬੇੜੀ ਵਿੱਚ ਚੜ੍ਹਨਾ ਪਵੇਗਾ। ਸਖੀ ਸਰਵਰ ਦੀ ਸਿੱਖੀ ਛੱਡ ਦੇ ਤੇ ਗੁਰੂ ਨਾਨਕ ਦੀ ਸਿੱਖੀ ਮਿਲ ਜਾਵੇਗੀ। ਇਹ ਆਖੇ ਕੱਚ ਵੀ ਰਵੇ ਤੇ ਹੀਰਾ ਵੀ ਰਵੇ ਇਹ ਗੱਲ ਨਹੀਂ ਬਣੇ। ਭਾਈ ਮੰਝ ਤੇ ਐਸਾ ਪ੍ਰਭਾਵ ਗਿਆ ਘਰ ਗਿਆ, ਕਬਰ ਢਾ ਦਿੱਤੀ, ਸਖੀ ਸਰਵਰ ਨੂੰ ਛੱਡ ਕੇ ਗੁਰੂ ਅਰਜਨ ਸਾਹਿਬ ਦਾ ਸਿੱਖ ਬਣਿਆ ਔਰ ਖੁਸ਼ ਹੋ ਕੇ ਗੁਰੂ ਅਰਜਨ ਸਾਹਿਬ ਨੇ ਆਖਿਆ ਸੀ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਏਡਾ ਖੁਸ਼ ਹੋ ਗਿਆ ਸੀ ਗੁਰੂ ਅਰਜਨ ਸਾਹਿਬ ਉਹਦੀ ਸਿੱਖੀ ਪ੍ਰਤੀ ਦ੍ਰਿੜਤਾ ਵੇਖ ਕੇ, ਗੁਰੂ ਘਰ ਵਿੱਚ ਸੇਵਾ ਵੇਖ ਕੇ, ਗੁਰੂ ਘਰ ਪ੍ਰਤੀ ਪ੍ਰੇਮ ਵੇਖ ਕੇ। ਮਹਾਰਾਜ ਕਹਿੰਦੇ ਤੂੰ ਆਪ ਤੇ ਤਰਿਆ ਹੀ ਹੈ, ਤੂੰ ਜਹਾਜ਼ ਹੈ ਗੁਰੂ ਦਾ ਕਈਆਂ ਨੂੰ ਤਾਰੇਗਾ। ਪਰ ਉਹ ਕਬਰਾਂ ਢਾਉਣ ਦੇ ਨਾਲ ਪਿੰਡ ਕੰਗ ਮਾਹੀ ਜੋ ਮੁੱਖ ਕੇਂਦਰ ਸੀ ਸਖੀ ਸਰਵਰ ਮੱਤ ਦਾ ਉਹ ਟਹਿ ਗਿਆ। ਹੁਣ ਇਹ ਸਖੀ ਸਰਵਰਾਂ ਨੇ ਵੀ ਉਹ ਬੜੇ ਬੜੇ ਜੋ ਵੀ ਉਹਨਾਂ ਦੇ ਪੈਰੋਕਾਰ ਸਨ ਜਾਂ ਜੋ
मुरशद सन, आगू सन, उस मत नूं चलाउण वाले उन्हां अपने ते जोड़ समझी। उन्हां भी वजीरां दे कन्न भरे भी जहांगीर नूं कह के गुरु अर्जन साहिब नूं खत्म करवा दईए, नहीं ते कबरां दी मनौत खत्म हो जावेगी। हुण ध्यान दिओ, पहला ते आप जहांगीर तुसके जहांगीरी च कह रहा है ये झूठ की दुकान बंद करनी है। मुसलमान भी इनू मनन लग पे ने, हिंदू ते मनते ही ने गुरु अर्जन साहब। दूसरा है नक्शबंदी मत, तीसरा सखी सरवरी है। फिर कारण बनता है चंदू की लड़की का रिश्ता। पंडित नूं कहिंदा भी चंगा कोई लायक वर वेख बच्ची दे लई। गुरु हरगोबिंद साहब के दिदारे किए, गुरु अर्जन साहब के घर आया वो पंडित, रिश्ता पक्का कर दिता। जदों जाके गुरु अर्जन साहब गुरु हरगोबिंद साहब बाबत चंदू नूं दस्या, इसने भी मैं गुरु क्या नाल रिश्ता जोड़ आया। तख्त के नशे विच जहांगीर दी वजीरी दे नशे विच सह सुभा कह बैठा, अहंकार विच चूर होया। चंदू भी तू एक चुबारे दी इट मोरी नूं ला आया, किथे चुबारा ते किथे टुटी भजी कंध विचली मोरी। केवल तख्त दे नशे विच कह बैठा, वो कंधा दे भी आपां कह दिंदे कन्न हुंदे ने सिखां सुन लिया। गुरु अर्जन साहिब नूं कह दिता, महाराज ये रिश्ता नहीं लैणा, गुरु नानक दे घर नूं मोरी दसदा है ते अपने आप नूं चुबारा दसदा है। और गुरु साहब सिखां सेवकां नाल वेखो किन्ना प्यार करदे। सिखां ने बचन कीता, पातशाह कहिंदे ठीक है, जे साडी शान विच कुछ बोलदा ते जर जांदे, पर गुरु नानक साहब दी शान दे खिलाफ बोलिया है ये जरिया नहीं जावेगा। चंदू इस करके खफा है। अगला कारण बनता है भी गुरु अर्जन साहब सच्चे पातशाह ने गुरु पातशाह दी जेड़ी तुर दुर्गाहों आई बाणी सी उसनू एकत्र करन दा मन बनाया सी, भी लोग मिलावट बड़ी करन लग पए सन। पृथ्वी चंद वर्गे भी बड़े बड़े कवि भी, भगत संत खवाउण वाले भी, वह कोई कविता उचारदे सन पिछे नानक लफ्ज ला लेंदे सन ते कहिंदे सन इह बाणी है। मिलावट ना होवे वड्डे पातशाहां दी बाणी दे विच, कच्ची बाणी मिल ना जावे सच्ची सुची बाणी दे विच, गुरु नानक पातशाह जी दी बाणी, गुरु अंगद, गुरु अमरदास, गुरु रामदास ते गुरु अर्जन साहिब ने अपनी बाणी नूं इकत्र करन दा मन बनाया। 1661 बिक्रमी संवत दे विच भाई गुरदास नूं ला के श्री आदि ग्रंथ साहिब दी रचना की, और उहदे विच केवल एक अकाल पुरख दी पुस्तति तो बिना एक अक्षर भी ऐड नहीं कीता गया, कोई घाटा वाधा नहीं कीता गया। हुण जिन्हां भगतां दी बाणी गुरु अर्जन साहिब दी कसवटी ते खरी उतरी, उसनूं जगह मिल गई जिहदे च रब दी वडियाई सी, जिथे अहंकार दी गल सी निरंकार दी नहीं, उसनूं जगह नहीं दित्ती गई। देखियो ध्यान दिओ, ये परमात्मा दे बोल ने जो गुरां दी बाणी है। तुहाडी मेरी लिखी कविता थोड़ा इहदे विच जगह हासिल कर सकदी है। सतगुर की बाणी, सत सत कर जाणहो गुर सिखो हर करता आप मोहो कढाए, एक परमात्मा दे बोल ने जैसी मैं आवै, कसम की बाणी साधुआं संतां दे राही जो आई। अच्छा उदों रीस वाले बड़े सन, सतगुर की रीसै होर कच पिच बोल दे। महाराज कहिंदे ने से कुड़ियार कूड़े चढ़ पड़िया, और कई कच्चे पिले ला के नानक नाम दी मोर उचार के कविता कहिंदे ने गुरु नानक दे बोल। महाराज कहिंदे वो परवान नहीं। अच्छा कुछ चुनिंदा भगत खवाउण वाले जिन्हां दे बोल परवान ना होए, काना पीलू छजू ते ए हसन, ये जेड़े अपने आप नूं भगत खवाउंदे सन गुरु पातशाह दे खिलाफ जहांगीर दे वजीरां नूं पड़काया। एक ते साडे बोल दर्ज नहीं कीते, साडे नाल विदकरा कीता है। हसन वर्गे कहिंदे जी मुहम्मद जी दी वडियाई नहीं कीती, सिफत सलाह नहीं कीती उस ग्रंथ दे विच,
ਸਗੋਂ ਇਸਲਾਮ ਦੀ ਨਿੰਦਾ ਕੀਤੀ ਹੈ। ਇਹਨਾਂ ਵੀ ਭਰੇ ਨੇ ਕੰਨ, ਗਿਣਦੇ ਰਹੋ ਕਾਰਨ ਕਿੰਨੇ ਨੇ। ਚੰਦੂ ਦੀ ਲੜਕੀ ਕਾਰਨ ਹੈ, ਨਕਸ਼ਬੰਦ ਮਤ ਕਾਰਨ ਹੈ, ਸਖੀ ਸਰਵਰੀਏ ਕਾਰਨ ਨੇ, ਇਹ ਹਸਨ ਵਰਗੇ, ਇਹ ਪੀਲੂ ਵਰਗੇ, ਜੱਜੂ ਵਰਗੇ, ਕਾਨੇ ਵਰਗੇ ਭਗਤ ਅਖਵਾਉਣ ਵਾਲੇ ਇਹ ਵੀ ਕਾਰਨ ਨੇ। ਤੇ ਸਭ ਤੋਂ ਵੱਡਾ ਕਾਰਨ ਜਹਾਂਗੀਰ ਸਮਝਦਾ ਹੈ ਵੀ ਇਸਲਾਮ ਦੇ ਧਾਰਨੀ ਸੁਖਮਣੀ ਦੇ ਧਾਰਨੀ ਬਣਦੇ ਜਾ ਰਹੇ ਨੇ, ਤਲਾਵਤ ਛੱਡ ਰਹੇ ਨੇ ਕੁਰਾਨ ਦੀ। ਇੱਕ ਇਹ ਕਾਰਨ ਬਣਿਆ। ਅਖੀਰਲਾ ਤੇ ਸਭ ਤੋਂ ਵੱਡਾ ਕਾਰਨ ਸ਼ਹਿਜ਼ਾਦਾ ਖੁਸਰੋ, ਜੋ ਜਹਾਂਗੀਰ ਦਾ ਲਖਤੇ ਜਿਗਰ ਸੀ, ਹੁਣ ਜਹਾਂਗੀਰ ਦੀਆਂ ਅਯਾਸ਼ੀਆਂ ਤੋਂ ਤੰਗ ਆ ਕੇ ਉਹਨੇ ਬਗਾਵਤ ਕਰ ਦਿੱਤੀ, ਉਹਦੇ ਲੜਕੇ ਨੇ ਬਗਾਵਤ ਕਰ ਦਿੱਤੀ, ਬਾਗੀ ਹੋ ਗਿਆ। ਉਹ ਦੌੜ ਕੇ ਥਾਣੇ ਸਰ ਪਹੁੰਚਿਆ, ਉੱਥੇ ਸ਼ੇਖ ਨਿਜ਼ਾਮ ਥਾਣੇ ਸਰੀ ਨੇ ਵੀ ਉਹਦੀ ਮਦਦ ਕੀਤੀ, ਕੁਝ ਉਹਦੇ ਸੱਜਣ ਸਨ ਅਬਦੁਲ ਰਹੀਮ, ਸ਼ੇਖ ਹੁਸੈਨ ਵਰਗੇ, ਉਹਨਾਂ ਵੀ ਮਦਦ ਕੀਤੀ। ਉਹ ਬੜੇ ਬੜੇ ਇਤਿਹਾਸਕਾਰਾਂ ਦੀਆਂ ਵੱਖੋ ਵੱਖ ਰਾਇਆਂ ਨੇ। ਉਹ ਗੋਇੰਦਵਾਲ ਸਾਹਿਬ ਵੀ ਪਹੁੰਚਿਆ। ਕੋਈ ਵੀ ਦੁਖੀਆ ਹੈ ਗੁਰੂ ਦੇ ਦਰ ਤੇ ਆਉਂਦਾ ਜੀ, ਇੱਥੇ ਕੀ ਲੈਣ ਆਏ? ਸਭ ਝੋਲੀ ਅੱਡ ਕੇ ਮੰਗਦੇ ਬਣ ਕੇ ਕੁਝ ਨਾ ਕੁਝ ਮੰਗਣ ਹੀ ਆਉਂਦੇ ਆ ਨਾ ਗੁਰੂ ਦੇ ਕੋਲ। ਕੋਈ ਨਾ ਕੋਈ ਕਾਰਨ ਹੈ ਦੁੱਖ ਦਾ, ਕੋਈ ਨਾ ਕੋਈ ਮੰਗ ਹੈ ਸਾਡੀ, ਦੇਣ ਵਾਲਾ ਗੁਰੂ ਨਾਨਕ ਹੈ, ਇਸ ਕਰਕੇ ਰੌਣਕਾਂ ਨੇ ਉਹਦੇ ਦਰ ਤੇ। ਅੱਛਾ, ਇਹ ਸ਼ਹਿਜ਼ਾਦਾ ਖੁਸਰੋ ਵੀ ਗੋਇੰਦਵਾਲ ਸਾਹਿਬ ਆਇਆ, ਪਾਤਸ਼ਾਹ ਦੇ ਦੀਦਾਰੇ ਕੀਤੇ, ਮਹਾਰਾਜ ਨੇ ਲੰਗਰ ਪਾਣੀ ਛਕਾਇਆ, ਦੁਖਿਆਰੇ ਦਾ ਦੁੱਖ ਸੁਣਿਆ, ਮਦਦ ਕੀਤੀ, ਕਿਉਂਕਿ ਗੁਰੂ ਦਾ ਇੱਕ ਸੁਭਾਅ ਹੈ, ਜੋ ਸਰਣੇ ਆਵੈ ਤਿਸ ਕੰਠ ਲਾਵੈ ਹੋ ਬਿਰਧ ਸੁਆਮੀ, ਸੰਧਾ ਗੁਰੂ ਦਾ ਇਹ ਸੁਭਾਅ ਹੈ। ਸ਼ੇਖ ਫਰੀਦ ਬੁਖਾਰੀ, ਜਿਹਨੂੰ ਮੁਰਤਜ਼ਾ ਖਾਨ ਵੀ ਕਹਿੰਦੇ ਨੇ, ਉਹਨੇ ਜਹਾਂਗੀਰ ਨੂੰ ਲਿਖ ਕੇ ਭੇਜਿਆ ਵੀ ਗੁਰੂ ਅਰਜਨ ਨੇ ਤੇਰੇ ਬਾਗੀ ਪੁੱਤਰ ਖੁਸਰੋ ਦੇ ਮੱਥੇ ਤੇ ਬਾਦਸ਼ਾਹ ਹੋਣ ਦਾ ਤਿਲਕ ਲਾਇਆ ਹੈ, ਤੇ ਬਾਗੀ ਦੀ ਮਦਦ ਕਰਨ ਦਾ ਮਤਲਬ ਹੈ ਦੇਸ਼ ਧਰੋਹ ਕਮਾਉਣਾ, ਤੇ ਬਾਗੀ ਦੀ ਮਦਦ ਕਰਨ ਦੇ ਸੰਬੰਧ ਵਿੱਚ ਇਸ ਗੁਰੂ ਅਰਜਨ ਨੂੰ ਸਜ਼ਾਏ ਮੌਤ ਦੇਣੀ ਚਾਹੀਦੀ। ਗੁਰੂ ਸਾਹਿਬ ਨੂੰ ਮਤਲਬ ਨਹੀਂ ਹੈ ਕੌਣ ਬਾਗੀ ਹੈ, ਕੌਣ ਰਾਜਾ ਹੈ, ਕੌਣ ਭਿਖਾਰੀ ਹੈ, ਕੌਣ ਨਿਰਧਨ ਹੈ, ਕੌਣ ਸਰਦਨ ਹੈ। ਗੁਰੂ ਦਾ ਸੁਭਾਅ ਕੀ ਹੈ? ਜੋ ਸਰਣੀ ਆਵੈ ਸਰਬ ਸੁਖ ਪਾਵੈ, ਤਿਲ ਨਹੀਂ ਭੰਨੈ ਕਾਲਿਆ। ਜਿਹੜਾ ਉਹਦੀ ਸ਼ਰਨ ਆਉਂਦਾ ਹੈ ਉਹ ਸੁਖ ਮਾਣਦਾ ਹੈ। ਜੋ ਸਰਣ ਪਰੈ ਤਿਸ ਕੀ ਪੱਤ ਰਾਖੈ, ਜਾਏ ਪੁੱਛ ਹੋ ਵੇਦ ਪੁਰਾਣੀ ਹੈ। ਜਿਹੜਾ ਸ਼ਰਨ ਆਵੇ ਉਹਦੀ ਰੱਖਿਆ ਕਰਦਾ ਹੈ। ਗੁਰੂ ਅਰਜਨ ਸਾਹਿਬ ਹਰੇਕ ਦੁਖਿਆਰੇ ਦੀ ਬਾਂਹ ਫੜਨ ਵਾਲੇ ਨੇ। ਤੇ ਤਿਲਕ ਲਾਉਣ ਵਾਲੀ ਗੱਲ ਸਰਾਸਰ ਝੂਠੀ ਸੀ, ਤੇ ਝੂਠਾ ਦੋਸ਼ ਲਾਇਆ ਗਿਆ। ਇਹ ਬੜੇ ਕਾਰਨ ਬਣੇ। ਹਕੂਮਤ ਦੇ ਬਾਗੀ ਦੀ ਮਦਦ ਕਰਨ ਦਾ ਫਤਵਾ ਲਾ ਕੇ ਗੁਰੂ ਅਰਜਨ ਸਾਹਿਬ ਨੂੰ ਸ਼ਹਾਦਤ ਦੇਣੀ ਹੈ, ਇਹਨਾਂ ਲੋਕਾਂ ਨੇ ਸ਼ਹੀਦ ਕਰਨਾ ਹੈ। ਸਜ਼ਾ ਜਿਹੜੀ ਹੋਈ ਉਹਦੇ ਲਫ਼ਜ਼ ਸੁਣਿਓ ਧਿਆਨ ਨਾਲ। ਜਹਾਂਗੀਰ ਨੇ ਹੁਕਮ ਕੀ ਦਿੱਤਾ ਹੈ ਗੁਰੂ ਅਰਜਨ ਸਾਹਿਬ ਨੂੰ ਲਾਹੌਰ ਸੱਦ ਕੇ, ਫਰਮੂਦਸ਼ ਕੇ ਊਰਾ, ਵੀ ਫਾਰਸੀ ਦੇ ਬੋਲ ਨੇ, ਧਿਆਨ ਦਿਓ। ਇਹ ਹੁਕਮ ਸੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਿਸ ਧਾਰਾ ਦੇ ਤਹਿਤ ਕੀਤਾ ਜਾਣਾ, ਇਹ ਇਹਨਾਂ ਬੋਲਾਂ ਵਿੱਚ ਮਿਲੇਗਾ। ਫਰਮੂਦਸ਼ ਕੇ ਊਰਾ ਬਾਸ਼ਿਆਸ ਤੋਂ ਯਸਾ ਰਸਾਨੰਦ, ਫਰਮੂਦਤ ਕੇ ਊਰਾ ਬਾਸ਼ਿਆਸਤ ਯਸਾ ਰਸਾਨੰਦ। ਫਰਮੂਦਨ ਦਾ ਮਤਲਬ ਫਰਮਾਉਂਦਾ ਹੈ, ਹੁਕਮ ਕਰਦਾ ਹੈ ਇਸ ਗੁਰੂ ਅਰਜਨ ਨੂੰ ਸਿਆਸਤ ਬਾ ਯਾਸਾ ਦੇ ਅਨੁਸਾਰ ਸਜ਼ਾ ਦਿੱਤੀ ਜਾਵੇ, ਸਿਆਸਤ ਅਤੇ ਯਾਸਾ ਦੇ ਕਾਨੂੰਨ ਅਨੁਸਾਰ ਦੰਡ ਦਿੱਤਾ ਜਾਵੇ। ਇਹ ਸਿਆਸਤ ਬਾ ਯਾਸਾ ਕੀ ਹੈ? ਜਿਵੇਂ ਆਪਣੇ ਧਾਰਾ ਹੁੰਦੀਆਂ ਨਾ, 307 ਲਾਗੀ, 302 ਲਾਗੀ, ਇਹਦਾ ਇੱਕ ਧਾਰਾ ਹੈ ਸਿਆਸਤ ਬਾ ਯਾਸਾ। ਉਹ ਕਹਿੰਦਾ ਮੈਂ ਹੁਕਮ ਕਰਦਾ ਹਾਂ ਗੁਰੂ ਅਰਜਨ ਨੂੰ ਸਿਆਸਤ ਬਾ ਯਾਸਾ ਦੀ ਧਾਰਾ ਤਹਿਤ ਕਤਲ ਕੀਤਾ ਜਾਵੇ।
ਹੁਣ ਤੁਸੀਂ ਰੋਜ਼ ਇਹ ਪੜ੍ਹਦੇ ਸੁਣਦੇ ਹੋ ਵੀ ਦੇਗ ਵਿੱਚ ਉਬਾਲਿਆ ਗਿਆ, ਤੱਤੀ ਤਵੀ ਤੇ ਬਿਠਾਇਆ ਗਿਆ, ਤੇ ਜੇ ਸ਼ਹੀਦ ਹੀ ਕਰਨਾ ਸੀ ਤੇ ਜਿਵੇਂ ਗੁਰੂ ਅਰਜਨ ਸਾਹਿਬ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਂਦਨੀ ਚੌਂਕ ਤਲਵਾਰ ਨਾਲ ਸ਼ਹੀਦ ਕੀਤਾ, ਏਦਾਂ ਹੀ ਕਰ ਦਿੰਦੇ? ਹੁਣ ਇੱਕ ਇਹ ਸਿਆਸਤ ਬਾਯਾਸਾ ਨਾਲ ਹੀ ਕਿਉਂ ਕਤਲ ਕੀਤਾ ਗਿਆ, ਕਿਉਂ ਤੱਤੀ ਤਵੀ ਬਾਇਆ, ਕਿਉਂ ਉਬਲਦੀ ਦੇਗ ਵਿੱਚ ਉਬਾਲਿਆ ਗਿਆ? ਜਦੋਂ ਇਸ ਧਾਰਾ ਨੂੰ ਸਮਝੋਗੇ ਤੁਹਾਨੂੰ ਐਨ ਸਮਝ ਆ ਜਾਵੇਗੀ। ਇੱਕ ਚੰਗੇਜ਼ ਖਾਨ ਹੋਇਆ 1200-1300 ਈਸਵੀ ਦੇ ਇਰਦ ਗਿਰਦ, ਉਹ ਜਿਹੜਾ ਚੰਗੇਜ਼ ਖਾਨ ਸੀ ਨਾ, ਉਸਨੇ ਸਿਆਸਤ ਬਾਯਾਸਾ ਦੀ ਧਾਰਾ ਨੂੰ ਜਨਮ ਦਿੱਤਾ ਸੀ। ਹੀ ਵਾਜ਼ ਅ ਮੰਗੋਲੀਅਨ। ਇਹ ਜਿਹੜੇ ਲੋਕ ਸਨ ਮੰਗੋਲੀਅਨ, ਇਹ ਭੂਤਾਂ ਪ੍ਰੇਤਾਂ ਦੀ ਬੜੀ ਪੂਜਾ ਕਰਦੇ ਸੀ। ਇਹ ਇਉਂ ਸਮਝਦੇ ਸਨ ਵੀ ਜੇ ਧਰਮੀ ਪੁਰਖ ਨੂੰ ਕਤਲ ਕੀਤਾ ਜਾਵੇ, ਧਿਆਨ ਦਿਓ, ਧਰਮੀ ਪੁਰਖ ਨੂੰ ਕਤਲ ਕੀਤਾ ਜਾਵੇ ਤੇ ਉਸਦੇ ਲਹੂ ਦਾ ਕੋਈ ਕਿਣਕਾ ਕੋਈ ਕਤਰਾ ਧਰਤੀ ਦੇ ਡਿੱਗੇ, ਉਸ ਵਿੱਚੋਂ ਐਸੀਆਂ ਰੂਹਾਂ ਪੈਦਾ ਹੁੰਦੀਆਂ ਨੇ, ਸਜ਼ਾ ਦੇਣ ਵਾਲੇ ਦਾ ਖੁਰਾ ਖੋਜ ਮਿਟਾ ਦਿੰਦੀਆਂ ਨੇ। ਜਦੋਂ ਵੀ ਕਿਸੇ ਸੰਤ ਨੂੰ ਕਤਲ ਕਰਨਾ ਹੈ, ਉਹਦਾ ਲਹੂ ਸਾੜ ਦੇਣਾ ਚਾਹੀਦਾ ਹੈ, ਕਿਤੇ ਧਰਤੀ ਤੇ ਕਤਰਾ ਨਾ ਡਿੱਗੇ। ਉਹਨੂੰ ਕਹਿੰਦੇ ਨੇ ਸਿਆਸਤ ਬਾਯਾਸਾ। ਐਸੀ ਸਜ਼ਾ ਦਿੱਤੀ ਜਾਵੇ, ਉਹਦੇ ਅਨੁਸਾਰ ਤਸੀਹੇ ਦਿੱਤੇ ਜਾਣ, ਲਹੂ ਸੜ ਸੁੱਕ ਜਾਵੇ, ਮੁੱਕ ਜਾਵੇ, ਤਾਂ ਦੇਗ ਵਿੱਚ ਉਬਾਲਿਆ ਗਿਆ, ਤਾਂ ਤਤੀ ਤਵੀ ਤੇ ਬਿਠਾਇਆ ਗਿਆ, ਕਤਰਾ ਨਾ ਡੁੱਲੇ। ਫਿਰ ਰੋੜ ਦਿਓ ਸਰੀਰ ਨੂੰ ਪਾਣੀ ਦੇ ਵਿੱਚ, ਸਾੜ ਦਿਓ ਸਰੀਰ ਨੂੰ ਤਤੀ ਤਵੀ ਤੇ, ਉਬਾਲ ਦਿਓ ਸਰੀਰ ਨੂੰ ਦੇਗ ਦੇ ਵਿੱਚ। ਸਜ਼ਾ ਸੁਣਾ ਦਿੱਤੀ ਗਈ, ਮੁਰਤਜ਼ਾ ਖਾਨ ਵਰਗਿਆਂ ਦੇ ਹਵਾਲੇ ਕੀਤਾ ਗਿਆ, ਚੰਦੂ ਘਰ ਲੈ ਗਿਆ। ਇੱਕ ਸ਼ਰਤ ਰੱਖੀ ਵੀ ਜੇ ਮੇਰੀ ਲੜਕੀ ਦਾ ਰਿਸ਼ਤਾ ਕਬੂਲ ਲਵੋ ਤੇ ਜਾਨ ਬਚ ਸਕਦੀ ਹੈ, ਮੈਂ ਮਾਫੀ ਦਵਾ ਸਕਦਾ। ਮੂਰਖ ਬੰਦਾ ਖੁਦ ਖੁਦਾ ਨੂੰ ਅੱਗ ਤੋਂ, ਮੌਤ ਤੋਂ, ਉਬਲਦੇ ਪਾਣੀ ਤੋਂ ਡਰਾਉਣ ਦਾ ਯਤਨ ਕਰ ਰਿਹਾ ਹੈ। ਕਹਿੰਦਾ ਮੋਰ ਸੁਤਾ ਕੀ ਮੋਰ ਸਗਾਈ, ਕਿਉਂ ਹੁਣ ਨਾ ਮਾਨੀ ਬਿਨੈ ਅਲਾਈ, ਮੇਰੀ ਲੜਕੀ ਦਾ ਰਿਸ਼ਤਾ ਮੋੜਿਆ, ਭੇਜੇ ਦੋਏ ਬਾਰ ਪੁਰ ਲਾਗੀ, ਅਤ ਚਿੰਤਾ ਚਿਤ ਹਮਦੇ ਲਾਗੀ। ਦੋ ਵਾਰ ਲਾਗੀ ਘੱਲੇ ਨੇ ਤੁਸੀਂ ਰਿਸ਼ਤਾ ਮੋੜਿਆ, ਮੰਨ ਲਵੋ ਤੇ ਮੌਤ ਤੋਂ ਬਚ ਜਾਓਗੇ, ਨਹੀਂ ਤੇ ਫਿਰ ਸਿਆਸਤ ਬਾਯਾਸਾ ਅਨੁਸਾਰ ਕਤਲ ਕਰਾਂਗਾ ਮੈਂ। ਪਤਾ ਕੀ ਜਵਾਬ ਸੀ ਗੁਰੂ ਅਰਜਨ ਸਾਹਿਬ ਦਾ? ਕਹਿੰਦੇ ਹਮਕੋ ਮੋਰੀ ਸਰਸ ਉਚਾਰਾ, ਮੋਰੀ ਮੇਲ ਸੋ ਮੋਰੀ ਧਾਰਾ, ਮਿਲ ਹੈ ਚੁਬਾਰੇ ਸੰਘ ਚੁਬਾਰਾ। ਤੂੰ ਮੋਰੀ ਕਿਹਾ ਗੁਰੂ ਨਾਨਕ ਦੇ ਘਰ ਨੂੰ, ਆਪਣੇ ਆਪ ਨੂੰ ਚੁਬਾਰਾ ਕਿਹਾ, ਤੇ ਜਿਹੜੇ ਗਰੀਬ ਨੇ ਨਾ, ਗਰੀਬਾਂ ਦੀ ਗਰੀਬਾਂ ਨਾਲ ਹੀ ਨਿਭਦੀ ਹੈ, ਮੀਰਾਂ ਨਾਲ ਨਹੀਂ। ਤੂੰ ਚੁਬਾਰੇ ਵਾਲਾ ਹੈ, ਜਾ ਕੋਈ ਰਿਸ਼ਤਾ ਚੁਬਾਰੇ ਵਾਲਾ ਲੱਭ ਲੈ। ਅਹੰਕਾਰੀ ਦੀ ਨਿਮਰਤਾ ਵਾਲੇ ਪੁਰਸ਼ ਨਾਲ ਨਿਭ ਨਹੀਂ ਸਕਦੀ, ਨਾਲੇ ਰੱਬ ਨੂੰ ਚੰਗਾ ਹੀ ਨਹੀਂ ਲੱਗਦਾ ਅਹੰਕਾਰ। ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ, ਉਹਨੂੰ ਕਿੱਥੇ ਚੰਗਾ ਲੱਗਦਾ ਹੈ। ਖੈਰ ਮਹਾਰਾਜ ਕਹਿੰਦੇ ਮੌਤ ਦਾ ਕੋਈ ਡਰ ਨਹੀਂ ਹੈ, ਦੇਗ ਉਬਾਲੀ ਗਈ, ਹੁਕਮ ਕਰ ਦਿੱਤਾ ਗਿਆ, ਕਹਿ ਚਾਕਰ ਸੋ ਦੇਗ ਉਬਾਰੀ, ਪਕਰੋ ਦੇਹੋ ਤਿਸੀ ਮੈਂ ਡਾਰੀ। ਤਬ ਸਤਿਗੁਰ ਉੱਠ ਆਪੇ ਗਏ, ਤਬ ਤਨੀਰ ਮੈਂ ਬੈਠਤ ਭਏ। ਕਹਿੰਦੇ ਚੰਦੂ ਇਹਨਾਂ ਨੂੰ ਕੀ ਹੁਕਮ ਦਿੰਦਾ ਹੈ ਵੀ ਇਹ ਚੁੱਕੇ ਮੈਨੂੰ ਉਬਲਦੀ ਦੇਗ ਵਿੱਚ ਬਿਠਾਉਣ? ਮੈਂ ਆਪ ਉਬਲਦੀ ਦੇਗ ਵਿੱਚ ਬਹਿ ਜਾਂਦਾ ਹਾਂ, ਮੈਨੂੰ ਇਸ ਉਬਲਦੇ ਜਲ ਦਾ ਕੋਈ ਡਰ ਨਹੀਂ। ਐਵੇਂ ਥੋੜਾ ਬਾਣੀ ਚ ਕਿਹਾ ਗੁਰ ਅਰਜਨ, ਪਰ ਤੱਕ ਹਰ ਉਹਨੂੰ ਨਹੀਂ ਅੱਗ ਡਰਾ ਸਕਦੀ, ਉਹਨੂੰ ਨਹੀਂ ਉਬਲਦੇ ਪਾਣੀ ਦਾ ਡਰ। ਕਈ ਆਖਣਗੇ ਅੱਛਾ ਉਹ ਰੱਬ ਸੀ ਤੇ ਤੱਤੀ ਤਵੀ ਠੰਡੀ ਕਿਉਂ ਨਾ ਕਰਦੀ? ਅਲਪੱਗ ਬਿਰਤੀ ਦਾ ਬੰਦਾ ਇਹੋ ਜਿਹਾ ਤਰਕ ਦਿੰਦਾ ਹੈ, ਅੱਗ ਠੰਡੀ ਕਰਨੀ ਕੋਈ ਵੱਡੀ ਗੱਲ ਨਹੀਂ ਹੈ, ਇੱਥੇ 10-20 ਰੁਪਈਏ ਟਿਕਟ ਖਰੀਦੋ ਤੇ ਕਈ ਜਾਦੂਗਰ ਮਿਲ ਪੈਂਦੇ ਨੇ, ਕਦੇ ਅੱਗ ਬਾਲ ਦਿੱਤੀ ਤੇ ਕਦੇ ਠੰਡੀ ਕਰ ਦਿੱਤੀ। ਪਰ ਏਦਾਂ ਦਾ ਜਾਦੂਗਰ ਵੇਖਿਆ ਜਿਹੜਾ ਤੱਤੀ ਤਵੀ ਤੇ ਬਹਿ ਕੇ ਵੀ ਤੱਤਾ ਨਾ ਹੋਏ? ਗਰਕ ਕਰ ਦੇਵੇ, ਚਾਹਵੇ ਤੇ ਦੁਨੀਆਂ ਨੂੰ ਹਰਿਆਂ ਭਰਿਆਂ ਕਰ ਦੇਵੇ, ਇੰਨੀ ਬਰਕਤ ਹੁੰਦਿਆਂ ਤੱਤੀ ਤਵੀ ਦੇ ਉੱਤੇ ਬੈਠਾ ਸੀ ਨਹੀਂ ਕਹਿੰਦਾ
और अपने गलुए मुबारक तो चंदू दी शान विच भी कोई लफ्ज नहीं बोलिया, शराब नहीं दिता, एडा ठंडा है गुरु अर्जन सच्चा पातशाह। इत्थे माड़ा जिहा कोई अफसर लग जावे, कोई पिंड दा सरपंच बन जावे, सब कीड़े मकौड़े जावदे मिट दो, कुचल दो, मार दो, बंदा बंदे नूं बंदा ही नहीं समझदा, माड़ी दी ताकत आ जावे। इत्थे गुर अर्जन प्रतख हर है, खुद खुदा है गुरु अर्जन। जे अग बुझा भी दिंदा ते असीं पूछां चुकी फिरनियां सी, लै अपने आप नूं रब समझदे ने, रब कहिंदे ने सिख गुरु अर्जन नूं, ते अग तों ही डर गया जे अग बुझा बैठा। असीं किसी बन्ने भी खुश नहीं होना। वड्डी असमत यह है भी इन्नी बरकत हुंदिया तत्ती तवी ते बह के सी ना करे गुरु अर्जन दी हस्ती है। इत्थे माइयां भैणां बैठियां ने, सिंह बैठे, ओ कदे प्रसादे पकाउंदिया तवे नूं ही हथ लग जावे ना, ते तिना महलियां तक चीकां सुनदियां ने साडियां, लभदे फिरनगे डाक्टर। ओ तवी ते बैठा है, विद्वान पुरश कहिंदे ने हत्थ दी गर्मी है, ये जेठ हाड़ भी तत्ता है, वो बलदियां लकड़ां भी तत्तियां ने, चंदू भी तत्ता है, तत्ती तवी आखरां दी तत्ती है, सिर विच पैण वाला रेता भी तत्ता है, जे रूहे जमीन ते कोई ठंडा है ते गुरु अर्जन ठंडा है। एडी बुलंद हस्ती है, कदे सी नहीं करदा, यही अजमत है, करामात है, ओदे गलुए मुबारक तो सी नहीं निकलिया। बड़े बड़े देवते वेख रहे सन और जय जयकार कर रहे सन। बड़ा सुंदर लिखिया कवि जी ने, अजर जरन की औद जनाई, इते कष्ट ते नहीं दिखाई, इना कष्ट सह के भी सी नहीं कीती, इंदर आदक जेतक सुर आए, इंदर आदक जेतक सुर आए, चक्रित चित हैरान हो गए, चक्रित चित गुर चलत निहारे, गुरु दे चरित्र निहार के चक्रित हो गए, ते तन तन आख्या ऐ गुरु अर्जन साहब दुनिया दा मालक है, एडा ठंडा भी तैनू तत्ती तवी भी तत्या ना कर सकी, तेरे मुंह चो कोई सी ना निकली, सारिया ने चरना ते गुप्त रूप विच मथा टेकिया। बाणी भी कहिंदी जे तू पत्थरां नूं पूजे, तू कबरां नूं पूजे, ये कबरां वाले पीर है बड़े बड़े पत्थरां दे, बड़े बड़े बुतां दे मालक ए देवते सारे गुरु अर्जन नूं पूजदे ने। अंत ना पावत देव सबै मुन इंद्र महाशिव, जोग करी फुन भेद बिरंच विचार रहे हो, हर जाप ना छाड्यो एक घरी, मथुरा जन को प्रभ दीन दयाल है, संगत सृष्ट निहाल करी, रामदास गुरु जग तारन कौ गुरजोत अर्जन माहे तरी। महाराज ने की किया, इंद्र महाशिव जोग करी, बड़े बड़े इंद्र ओदे नाम दा चौंकड़ा लाके बैंदे ने, बड़े ओदी जय जयकार करदे ने। भाई नंद लाल ने बड़ा सुंदर लिखिया, कहिंदा खासान खा के राहश, खासान खा के राहश, वाह कुदसियां दर जिले पनाहश, खासान खास रब दे खास संत महापुरश, कुदसियां बड़े बड़े देवते गुरु अर्जन दे चरना दी धूड़ी नूं लोचदे ने। गुरु अर्जन एडा वड्डा है, सारे ओदे गुण गाउंदे ने, क्यों गाउंदे ने ओह जाणदे ने, उहनां दी शरण दी छां हेठ रहण वाला ही मुक्ति पा सकता है। गुर की महिमा अगम है क्या कथे कथन, हार इंद्र वर्गे भी महिमा कार उठे भी, इन्नी बरकत इन्नी अजमत, खैर गुरु पातशाह नूं उबलदी देग विच बिठाया गया, आप मकतल ते मकतूल कठे हो गए, आप बैठा बापू, फिर तती तवी ते बिठाया गया है, साईं मियां मीर वर्गे महापुरश आए है, अजर नूं जरन वाले, जे तू अजमत नहीं विखाउणी सानू हुक्म कर, चंदू नूं नष्ट कर दईए, ये राज भाग मिट्टी च मिला दईए, जिथे ओदे प्यारियां नूं सजा है, पापियां नूं तख्त ने। बाणी दा एक फुरमान है, असीं कई वार गुरु ते तर्क करदे हां, पर साई मियां मीर जाणदा सी वी इह समुंदर है अजमतां दा, इहदे सामे कोई नहीं टिक सकदा,
ਬਾਣੀ ਵੀ ਕਹਿੰਦੀ ਹੈ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਗੁਰੂ ਜਿੱਡਾ ਕੋਈ ਨਹੀਂ ਹੈ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਗੁਰੂ ਨਾਨਕ ਵਰਗਾ ਕੋਈ ਉੱਚਾ ਨਹੀਂ ਹੈ ਇਸ ਲਿਮਿਟਲੈਸ ਸੋਧੀਆਂ ਇੰਨੀਆਂ ਕਸਮਤਾਂ ਬਰਕਤਾਂ ਨੇ ਉਹਦੇ ਵਰਗਾ ਕੋਈ ਨਹੀਂ ਇੱਕ ਸਾਈ ਮੀਆਂ ਮੀਰ ਦਾ ਬਚਨ ਕਹਿ ਕੇ ਫਤਿਹ ਬੁਲਾਵਾਂ ਤੱਤੀ ਤਵੀ ਤੇ ਬੈਠੇ ਸਨ ਕੀੜੀ ਤੋਂ ਲੈ ਕੇ ਹਾਥੀ ਤੱਕ ਜਿਹਦੀ ਅਜ਼ਮਤ ਵਰਤਦੀ ਹੈ ਉਹ ਜਰ ਕੇ ਸਭ ਕੁਝ ਤਵੀ ਤੇ ਬੈਠਾ ਸੀ ਨਹੀਂ ਕਿਹਾ ਉਹਨੇ ਇਹ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਦਸਵੇਂ ਜਾਮੇ ਚ ਕਹਿੰਦੇ ਬਾਲੂ ਕੀ ਤਪੀ ਰੇਤ ਬਾਲੂ ਕੀ ਤਪੀ ਰੇਤ ਮੇਰੇ ਤਨ ਪੇ ਪੜੀ ਥੀ ਪੰਜਵੇਂ ਜਾਮੇ ਚ ਬਾਲੂ ਕੀ ਤਪੀ ਰੇਤ ਮੇਰੇ ਤਨ ਪੇ ਪੜੀ ਥੀ ਮੈਂ ਵੋ ਹੂੰ ਉਬਲਨੇ ਪੇ ਵੀ ਉਫ ਤੱਕ ਨਾ ਕਹੀ ਥੀ ਤੱਤੀ ਰੇਤ ਪੈ ਗਈ ਉਬਾਲਿਆ ਗਿਆ ਮੈਂ ਸੀ ਨਹੀਂ ਸੀ ਪਾਤਸ਼ਾਹ ਕਹਿੰਦੇ ਕੀਤੀ ਜੇ ਕਹਿੰਦੇ ਪੁੱਛਣਾ ਹੋਇਆ ਨਾ ਮੇਰੇ ਬਾਰੇ ਜੇ ਜਾਣਨਾ ਹੋਇਆ ਮੇਰੇ ਬਾਰੇ ਤੇ ਸਾਈ ਮੀਆਂ ਮੀਰ ਤੋਂ ਪੁੱਛ ਲਿਓ ਵੀ ਪੰਜਵੇਂ ਜਾਮੇ ਵਿੱਚ ਮੈਂ ਕੈਸੀ ਅਸਮਤ ਵਿਖਾਈ ਸੀ ਮੈਨੂੰ ਤੱਤੀ ਤਵੀ ਨਹੀਂ ਡਰਾ ਸਕਦੀ ਰੱਬ ਨੂੰ ਕੌਣ ਡਰਾ ਸਕਦਾ ਮੈਨੂੰ ਬੁੱਬਲ ਦਾ ਪਾਣੀ ਨਹੀਂ ਡਰਾ ਸਕਦਾ ਚੁਕਾ ਸਕਦਾ ਐਸੀ ਅਸਮਤ ਹੈ ਇੱਕ ਬੜਾ ਸੁੰਦਰ ਬੋਲਦਾ ਹੈ ਉਹ ਕਵੀ ਲਿਖਦਾ ਐ ਦੁਨੀਆਂ ਦੇ ਲੋਕੋ ਸਾਈ ਮੀਆਂ ਮੀਰ ਆਇਆ ਰੋ ਰੋ ਕੇ ਇਹ ਗੱਲ ਕਹਿਣ ਲੱਗਾ ਉਹ ਮੇਰਾ ਦਿਲ ਜਲ ਗਿਆ ਉਹ ਮੇਰਾ ਦਿਲ ਜਲ ਗਿਆ ਮੇਰਾ ਅਰਮਾਨ ਜਲ ਗਿਆ ਮੋਮਨ ਹੋ ਕੇ ਅੱਗ ਵਿੱਚ ਮੈਂ ਜਲਾ ਕਿਉਂ ਨਾ ਅੱਜ ਵੇਖੋ ਉਹ ਮੇਰਾ ਕੁਰਾਨ ਜਲ ਗਿਆ ਉਹ ਪ੍ਰੇਮ ਵਿੱਚ ਕਹਿਣ ਲੱਗਾ ਮਾਨੋ ਚੰਦੂ ਨੂੰ ਇਹ ਗੱਲ ਕਹਿ ਰਿਹਾ ਹੋਵੇ ਸਾਈ ਮੀਆਂ ਮੀਰ ਓਏ ਪੰਡਤਾ ਮੰਦਰਾਂ ਦੇ ਵਿੱਚ ਕਿਹੜੀ ਮਨੌਤ ਮਨਾਵੇ ਤੇਰੇ ਸਾਹਮਣੇ ਤੇਰਾ ਭਗਵਾਨ ਜਲ ਗਿਆ ਗੁਰ ਅਰਜਨ ਪ੍ਰਤੱਖ ਹਰ ਕਿਹੜੀ ਮਨੌਤ ਮਨਾਉਂਦਾ ਹੈ ਕਿਹੜੇ ਭਗਵਾਨ ਨੂੰ ਖੁਸ਼ ਕਰਦਾ ਹੈ ਪਰਮਾਤਮਾ ਸਵਰੂਪ ਗੁਰੂ ਅਰਜਨ ਨੂੰ ਤੇ ਤਵੀ ਤੇ ਬਿਠਾ ਦਿੱਤਾ ਹੀ ਜਾ ਤੇਰੇ ਲਈ ਰੱਬ ਸਦਾ ਲਈ ਨਾਰਾਜ਼ ਹੋ ਗਿਆ ਉਹਨੇ ਸੀ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਨੇ ਦਸਵੇਂ ਜਾਮੇ ਚ ਕਿਹਾ ਸੀ ਕਹਿੰਦੇ ਹਿੰਮਤ ਕਾ ਮੇਰੀ ਆਪ ਮੀਆਂ ਮੀਰ ਹੈ ਸ਼ਾਹਿਦ ਅਜ਼ਮਤ ਕਾ ਮੇਰੀ ਸ਼ਾਹੇ ਜਹਾਂਗੀਰ ਹੈ ਸ਼ਾਹਿਦ ਸਰ ਜਿਸ ਸੇ ਕਟਾ ਦਿੱਲੀ ਮੇ ਵੋ ਸ਼ਮਸ਼ੀਰ ਹੈ ਸ਼ਾਹਿਦ ਤੋ ਸਭ ਸੇ ਜ਼ਿਆਦਾ ਫਲਕੇ ਪੀਰ ਹੈ ਸ਼ਾਹਿਦ ਜਬ ਜ਼ੁਲਮ ਸੇ ਜ਼ਾਲਮ ਨੇ ਜਹਾਂ ਪੀਸ ਦੀਆ ਥਾ ਜਬ ਜ਼ੁਲਮ ਸੇ ਜ਼ਾਲਮ ਨੇ ਜਹਾਂ ਪੀਸ ਦੀਆ ਥਾ ਹਮਨੇ ਹੀ ਧਰਮ ਕੇ ਲੀਏ ਫਿਰ ਸੀਸ ਦੀਆ ਥਾ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਹਰ ਜਾਮੇ ਵਿੱਚ ਕੁਰਬਾਨੀ ਕਰਦਾ ਆਇਆ ਹਾਂ ਜੇ ਮੇਰੀ ਅਸਮਤ ਬਾਬਤ ਪੁੱਛਣਾ ਹੋਇਆ ਤੇ ਪੁੱਛੀ ਸਾਈ ਮੀਆਂ ਮੀਰ ਨੂੰ ਇਹਨੂੰ ਕੋਈ ਤਸੀਹਾ ਡੁਲਾ ਨਹੀਂ ਸਕਦਾ ਸ਼ਹਾਦਤ ਦੀ ਅਵਧੀ ਮਾਣਦੇ ਹੋਏ ਪਾਤਸ਼ਾਹ ਜਦੋਂ ਬੈਠੇ ਸਨ ਤੱਤੀ ਤਵੀ ਤੇ ਗੜੂਏ ਮੁਬਾਰਕ ਤੋਂ ਸੀ ਨਹੀਂ ਨਿਕਲੀ ਇੱਕ ਬੋਲ ਨਿਕਲਿਆ ਸੀ ਤੇਰਾ ਕੀਆ ਮੀਠਾ ਲਾਗੈ ਹਰਨਾਮ ਪਦਾਰਥ ਨਾਨਕ ਮੰਗੈ ਪਰਮਾਤਮਾ ਦੇ ਆਪਣੇ ਨਿਰਗੁਣ ਸਰੂਪ ਦੇ ਹੁਕਮ ਵਿੱਚ ਸਿਰ ਝੁਕਾ ਦਿੱਤਾ ਔਰ ਇਹ ਪਾਤਸ਼ਾਹ ਨੇ ਪ੍ਰੈਕਟੀਕਲੀ ਦਰਸਾ ਦਿੱਤਾ ਪਹਿਲਾਂ ਮਰਨ ਕਬੂਲ ਜੀਵਨ ਕੀ ਸ਼ਰਦਾਸ ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰਾ ਤੇ ਕਿੱਥੇ ਗਏ ਸ਼ਹਾਦਤ ਪਾ ਕੇ ਕਿੱਥੇ ਗਏ ਆਪਣੇ ਸਦਨ ਬੈਕੁੰਠ ਪਹੁੰਚੇ ਸਰਬ ਲੋਕ ਤੇ ਅਹੇ ਜੋ ਊਚੇ ਉਹ ਆਪਣੇ ਨਿਰਗੁਣ ਸਰੂਪ ਵਿੱਚ ਭੇਦ ਹੋ ਕੇ ਸੱਚਖੰਡ ਚਲੇ ਗਏ ਤੇ ਉਹ ਗੁਰੂ ਅਰਜਨ ਨੇ ਉੱਥੋਂ ਹੀ ਆਏ ਸਨ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਹੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਏ ਉਹ ਗੁਰੂ ਅਰਜਨ ਸਾਹਿਬ ਨੇ ਪਰਮਾਤਮਾ ਦਾ ਸਰਗੁਣ ਸਰੂਪ ਜਿਹੜਾ ਉਹਨਾਂ ਨੂੰ ਇੱਕ ਵਾਰ ਜਪ ਲੈਂਦਾ ਹੈ ਰੀਇਨਕਾਰਨੇਸ਼ਨ ਦੇ ਵਿੱਚ ਨਹੀਂ ਆਉਂਦਾ ਆਵਾਗਮਨ ਵਿੱਚ ਨਹੀਂ ਆਉਂਦਾ ਜਿਹੜਾ ਵੀ ਇਸ ਨੂੰ ਜਪੇਗਾ ਹੀ ਵਿਲ ਬੀ ਮੈਂਸ਼ੀਪੇਟਡ ਮੁਕਤ ਹੋ ਜਾਵੇਗਾ ਐਸੇ ਗੁਰੂ ਅਰਜਨ ਸਾਹਿਬ ਦੀ ਹਸਤੀ ਹੈ
ਬਿਆਨ ਕਰਨੀ ਉਸ ਗੁਰੂ ਅਰਜਨ ਸਾਹਿਬ ਦੀ ਵਡਿਆਈ ਦਾ ਅੰਤ ਪਾਉਣਾ ਇਹ ਇੱਕ ਜ਼ੁਬਾਨ ਦੇ ਵੱਸ ਦੀ ਗੱਲ ਨਹੀਂ ਹੈ, ਉਹ ਪ੍ਰਤੱਖ ਹਰ